वरिंदर बाजवा जी, किवें लगता जिवें 26 जनवरी की घटना हुई सी, है ना? तुसी उस वेले टैटू भी बनवाया जदों काफ़ी लोग खिलाफ सी दीप सिद्धू दे, ते अज किवें लग रहा पूरी दुनिया उस सोच नू सलाम कर रही है? पहली गल तो यह है जी, अमेरिका तो, कनेडा तो, आस्ट्रेलिया तो लोगों के फोन आ रहे हैं, तो लोगों के घर रोटी नहीं पक्की, तो लोगों के जवाक रोंदे आ, तो अज साढ़े लोग कह रहे हैं अमर रहे अमर रहे। जदों बई ज्यौंदा सीगा, जदों 26 नूं कड़मास पिया सी, इह साढ़े लोगों ने उन्हूं पहले ही अमर करता सी कि यह मरदा क्यों नहीं, कि इन्हें धारना खराब करता। अज यह साढ़े लोगों की फितरत है कि जदों कोई बंदा चले जाता आ, मर जाता आ, फिर उसकी कीमत पैंदी है। जींदे जी संतां नूं कांग्रेस का एजेंट दसते रहे, तो दीप दे ज्यौंदे जी उन्हूं BJP का बंदा दसते रहे। हाँ जी वीरे, तुसीं नाल रहे हो दीप सिद्धू दे, काफ़ी समा तुहानूं मौका मिलिया नाल रहण दा, किवें आ हुण यादां, याद आउंदी आ दीप दी? बई उह तां साढ़े तों किते वी दूर नहीं गया हैगा, उह साढ़े कोल है। उह दूर तां सिर्फ इन्हां लोकां तों गया, उह सानूं समझाउंदा हुंदा सी अक्सर, लड़ो ना, इकट्ठे रहो, एक दूजे दीआं लत्तां ना खिचो, बंद कमरियां दे विच बिठा मीटिंगां करवाइयां, ना लड़ो, एक दूजे दीआं लत्तां ना खिचो, मैं चले जाणा। अच्छा, वी पहलां वी कहिंदे सी? हाँ जी हाँ जी, मैं चले जाणा। अज उह इन्नी दूर चले गया, उहने अपना मूँह भी किसे नूं दिखाया नहीं हैगा, उहदा मूँह इन्ना दीप बई दा खुल गया सीगा कि उहने वाकई अपने बोलां ते कायम रहा, जिद्दा जट पक्का सी उह, ते आपदा मूँह उहने फैमिली नूं वी जांदे वक्त दिखाया नहीं हैगा, क्योंकि वह बाई एक रब्बी रूह सीगी, सानू आया, सानू हलूणा देन आया सीगा कि उठो, ये मेरा शरीर तो रहना नहीं, अज नहीं तो कल यदा मिट्टी हो जाना, पर तुसी हुण आपां नूं इह जाहो जलाल कढ़न दा तां फायदा आ जे आपां बाई दी सोच ते खड़ांगे। जे आपां सोच ते नहीं खड़ना तां फिर तुसी गुलाम हो, फिर तुहानूं कोई हक नहीं हैगा बाई दी DP लाउण दा। तुसी अज भी मरे, कल भी मरे। हाँ जी ਮੇਰੇ, ਦੀਪ ਸਿੱਧੂ ਦੇ ਬ੍ਰਦਰ ਮਨਦੀਪ ਸਿੱਧੂ ਦੀ ਇੱਕ ਗੱਲਬਾਤ ਸਾਹਮਣੇ ਆਈ ਆ, ਉਹ ਕਹਿੰਦੇ ਵੀ ਜੀ ਦੀਪ ਜਦੋਂ ਵੀ ਆਉਂਦਾ ਸੀ, ਅਸੀਂ ਅਕਸਰ ਉਹਨੂੰ ਕਹਿੰਦੇ ਸੀ ਕਿ ਦੀਪ ਤੂੰ ਕੀ ਇਕੱਲਾ ਹੀ ਭੱਜਿਆ ਫਿਰਦਾ ਹੈਗਾ, ਤੇਰੇ ਨਾਲ ਕੋਈ ਹੋਰ ਵੀ ਆ, ਵੀ ਜੇ ਇਕੱਲਾ ਹੀ ਭੱਜਿਆ ਫਿਰੀ ਜਾਂਦਾ, ਅੱਜ ਇੰਨੀ ਦੁਨੀਆ ਦੇਖਦੇ ਆ, ਹੈ ਨਾ? ਕਿਵੇਂ ਲੱਗਦਾ ਹੈਗਾ ਤੁਹਾਨੂੰ ਵੀ ਉਦੋਂ ਅਹਿਸਾਸ ਸੀ ਵੀ ਇੰਨੇ ਦਿਨਾਂ 'ਚ ਵੱਸਦਾ ਦੀਪ ਸਿੱਧੂ? ਬਈ ਗੱਲ ਸਾਫ਼ ਸਾਫ਼ ਆ, 1.5 ਸਾਲ ਉਹ ਬੰਦੇ ਨੇ ਆਪਦਾ ਪਰਿਵਾਰ ਛੱਡਤਾ, ਆਪਦੇ ਪੰਜਾਬ ਨੂੰ ਟਾਈਮ ਦੇਣ ਲੱਗ ਪਿਆ। ਇਹੀ 1.5 ਸਾਲ ਦੇ ਵਿੱਚ ਜੇ ਇਹੀ ਸਾਡੇ ਲੋਕ ਦੀਪ ਦੇ ਨਾਲ ਖੜ ਜਾਂਦੇ ਤਾਂ ਅੱਜ ਕੁਝ ਮਾਹੌਲ ਹੀ ਹੋਰ ਸਿਰਜ ਦੇਣਾ ਸੀ। ਜਦ ਤਾਂ ਕੋਈ ਸਮਝਿਆ ਹੀ ਨਹੀਂ ਹੈਗਾ, ਜਦ ਤਾਂ ਗੱਦਾਰ ਥੱਪੇ ਲਾਉਣੇ, ਸਾਨੂੰ ਜੇ ਕੋਈ ਬੋਲਦਾ ਸੀ ਸਾਡੇ ਵਰਗਾ, ਕੋਈ 4 ਸ਼ਬਦ ਬੋਲ ਦਿੰਦਾ ਸੀ ਕਿਤੇ, ਤਾਂ ਥੱਲੇ ਗਾਲਾਂ ਕੱਢਦੇ ਸੀ, ਕਹਿੰਦੀਆਂ ਬਾਈ ਜੀ ਕੀ ਅਸੀਂ ਆਪਦਾ ਹੀਰਾ ਤਾਂ ਖਵਾ ਲਿਆ ਨਾ, ਸਾਨੂੰ ਕਿਤੇ ਵੀ ਤਰਾਸਦੀ ਆ, ਕਹਿੰਦੇ ਆਪਣੇ ਆਪ ਨੂੰ ਸਾਬਤ ਕਰਨ ਦੇ ਲਈ ਮਰਨਾ ਪੈਂਦਾ। ਜੀ ਗੱਲ ਤਰਾਸਦੀ ਹੋਗੀ ਕਿ ਬੰਦੇ ਦੀ ਕੀਮਤ ਹੁਣ ਪਤਾ ਲੱਗਦੀ ਹੈ। ਇੱਕ ਗੱਲ ਹੈ ਬਾਈ ਜੀ, ਜਦੋਂ ਬੰਦਾ ਇਸ ਦੁਨੀਆ ਤੋਂ ਚਲੇ ਜਾਂਦਾ ਫਿਰ ਉਹਦੀਆਂ ਸਭ ਚੰਗਿਆਈਆਂ ਚੇਤੇ ਆਉਂਦੀਆਂ ਆ, ਬੁਰਾਈ ਕੋਈ ਨਹੀਂ ਰਹਿੰਦੀ। ਪਰ ਮੈਂ ਇੱਕ ਗੱਲ ਬਾਈ ਜੀ ਦੱਸ ਦੇਣਾ ਚਾਹੁੰਦਾ ਹਾਂ, ਅਸੀਂ ਦੀਪ ਦੀ ਸੋਚ 'ਤੇ ਖੜੇ ਸੀ, ਅਸੀਂ ਆਪਣੇ ਪੰਜਾਬ ਨੂੰ, ਆਪਣੀ ਧਰਤੀ ਨੂੰ, ਆਪਦੇ ਲੋਕਾਂ ਨੂੰ ਇਸ਼ਕ ਕਰਦੇ ਹਾਂ, ਪਿਆਰ ਕਰਦੇ ਹਾਂ। ਅੱਜ ਜੇ ਅਸੀਂ 4 ਸ਼ਬਦ ਬੋਲਦੇ ਹਾਂ ਤਾਂ ਉਹ ਬਾਈ ਦੀ ਬਦੌਲਤ ਹੈ। ਕਈਆਂ ਦੇ ਫੋਨ ਆਏ ਕੀ ਖੱਟਿਆ, ਤੁਸੀਂ ਕੀ ਖੱਟਿਆ ਬਾਈ ਨੇ, ਕੀ ਬਾਈ ਜੀ ਬਾਹਰੋਂ ਫੋਨ ਆਉਂਦੇ ਆ ਕਹਿੰਦੇ, ਮੈਂ ਕਿਹਾ ਬਾਈ ਕੋਈ ਪਤਾ ਨਹੀਂ ਹੁੰਦਾ ਸਵਾਸਾਂ ਦਾ, ਤੁਹਾਡਾ ਵੀ ਨਹੀਂ ਪਤਾ ਨਾ, ਸਾਡਾ ਤਾਂ ਪਤਾ ਹੀ ਨਹੀਂ। ਅਤੇ ਕਹਿੰਦੇ ਬਾਈ ਜੀ ਪਾਸਪੋਰਟ ਦਿਓ, ਅਸੀਂ ਤੁਹਾਨੂੰ ਇੱਥੋਂ ਕੱਢਾਂਗੇ ਅਸੀਂ। ਬਾਈ ਜੀ ਗੱਲ ਪਾਸਪੋਰਟਾਂ ਦੀ ਨਹੀਂ ਰਹਿ ਗਈ, ਬਾਹਰ ਦੀ ਨਹੀਂ ਰਹਿ ਗਈ, ਵੱਡੀ ਛਾਲ ਮਾਰਨ ਲੱਗੇ ਹਾਂ, ਥੋੜ੍ਹਾ ਜਿਹਾ ਸਟੈਪ ਬੈਕ ਲੈਣਾ ਪੈਂਦਾ, ਲਵਾਂਗੇ, ਪਰ ਆਪਦੇ ਲੋਕਾਂ ਲਈ ਲੜਾਂਗੇ, ਆਪਦੇ ਜਿਹੜਾ ਦੀਪ ਦੀ ਸੋਚ ਸੀਗੀ ਖਾਲਿਸਤਾਨ ਦੇ ਲਈ ਲੜਾਂਗੇ, ਅਸੀਂ ਪੀਸਫੁੱਲੀ ਰਹਿ ਕੇ ਅਸੀਂ ਲੜਾਂਗੇ, ਸਾਨੂੰ ਹੁਣ ਕੋਈ ਸਾਨੂੰ ਮੌਤ ਦਾ ਭੈ ਨਹੀਂ ਹੈਗਾ ਜੀ। ਹਾਂਜੀ, ਦੀਪ ਸਿੱਧੂ ਹਮੇਸ਼ਾ ਗੱਲ ਕਰਦੇ ਰਹੇ ਨੇ ਫੈਡਰਲ ਢਾਂਚੇ ਦੀ, ਪੰਜਾਬ ਦੇ ਵੱਧ ਅਧਿਕਾਰਾਂ ਦੀ, ਕੀ ਤੁਹਾਨੂੰ ਲੱਗਦਾ ਅੱਜ ਦੀ ਰਾਜਨੀਤੀ, ਜਿਹੜੇ ਕਿ ਵੋਟਾਂ ਦੀ ਰਾਜਨੀਤੀ ਇਸ ਸਮੇਂ ਬਹੁਤ ਭਾਰੂ ਆ, ਕੀ ਕੋਈ ਲੀਡਰ ਖਰਾ ਉੱਤਰ ਰਿਹਾ ਇਸ ਵੇਲੇ? ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜਿਹੜੀ ਬਾਈ ਹੋਣੀ ਸਪੋਰਟ ਕਰਦੇ ਸੀਗੇ, ਸੋਚ ਦੀ ਸਪੋਰਟ ਕਰਦੇ, ਅਤੇ ਅਮਰਗੜ੍ਹ ਵਾਲਿਆਂ ਨੂੰ ਬੇਨਤੀ ਆ ਕਿ ਪਰਮਾਤਮਾ ਤੁਹਾਡੇ 'ਤੇ ਮਿਹਰ ਭਰਿਆ ਹੱਥ ਰੱਖੇ, ਤੁਹਾਡੀ ਸੋਚ ਨੂੰ ਬਾਈ ਜਗਾਉਂਦਾ ਆਪ ਚਲੇ ਗਿਆ, ਅਤੇ ਹੁਣ ਤੁਸੀਂ ਅਸਲ ਤਾਂ ਹੋਵੋਗੇ ਜੇ ਮਾਨ ਸਾਹਿਬ ਦੀ ਪਾਰਟੀ ਨੂੰ ਜਿਤਾਓਗੇ। ਕਿਵੇਂ ਲੱਗਦਾ ਤੁਹਾਨੂੰ ਜੋ ਵੀ 15 ਫਰਵਰੀ ਦੀ ਰਾਤ ਨੂੰ ਹੋਇਆ,
की उधर घटना सी जां साजिश सी? सरासर साजिश है बई जी, हौली हौली देखियो तुहाडे सामने सब कुछ आ जाणा। एक आम जिहा बंदा मरे तां पुलिस छड़दी नहीं हुंदी। हां ओही गल आ रही सी, ओह ड्राइवर मारिया जदी। हां जी हां जी, छड़ भी दित्ता बई जी। कोई गली का कोई वह नहीं मरिया, साडा भाई मरिया आ, सारे पंजाब का भाई मरिया। एक सिर्फ हुण गुरुद्वारा साहब आ गया, मैं एक सुनेहा ही लाउणा सारी कौम नूं कि इकट्ठे हो जाओ, दीप दी सोच ते पहरा लाओ, आपदे आप नूं थोड़ा जिहा माइंड आपदा खोलो, थोड़ा जिहा थोड़ा कुछ नहीं हैगा इस धरती ते, थोड़ी धरती खत्म हो चली है, थोड़ा सब तो वड्डा गिफ्ट थोड़ा पानी जिहड़ा थोड़ी धरती च वह भी नहीं रहन लग्या। थोड़े जवाक जिहड़े तुसीं बाहर आपदे थोड़े जवाक ने NRI वीरो, तुसीं पंजाबी च गल करदे हो, थोड़े मूहरे इंग्लिश च करदे ने, थोड़े पल्ले की है? आपदे लोकां नाल बहुत वड्डा गिला आ, लोक नहीं समझे ते इह अपने लोकां नाल हमेशा गिला रहूगा, रब नाल कोई गिला नहीं। महाराज दी धरती ते आए हां ते दसवें पातशाह दे चरणां च इही अरदास करदे हां कि अपने वाला तुसीं सानूं सुभा दिओ, असीं हौली हौली कोई नहीं बस अपने लोकां नाल इक गिला आ, यही हमेशा रहूगा जिंदगी च। धन्यवाद। सो ये सन वरिंदर बाजवा जी, जिन्ह ने कि दीप सिद्धू का टैटू उस समय बनवाया सी जदों 26 जनवरी की घटना हुई सी, जिस वेले सारी दुनिया उस सूरमे के विरोध के सी। अज के समय के हर कोई उस सोच के नाल है, तो तुम देख सकते हो श्री माछीवाड़ा साहब तो जितों कि लोगों का वड्डा इकट्ठ है दीप सिद्धू की सोच के लिए, उन्होंने लिए लोग डटे ने। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਹੁਣੇ ਦੇਖੇ ਭਾਈ ਦੀਪ ਸਿੰਘ ਸਿੱਧੂ ਜਿਸ ਸਮੇਂ ਸ਼ਹੀਦ ਹੋਏ ਸਨ ਉਸ ਵੇਲੇ ਉਹਨਾਂ ਦੀ ਯਾਦ ਦੇ ਵਿੱਚ ਇੱਕ ਕੈਂਡਲ ਮਾਰਚ ਇਤਿਹਾਸਿਕ ਧਰਤੀ ਸ਼੍ਰੀ ਮਾਛੀਵਾੜਾ ਸਾਹਿਬ ਵਿਖੇ ਕੱਢਿਆ ਗਿਆ ਸੀ। ਉੱਥੇ ਹੀ ਅੱਜ 15 ਫਰਵਰੀ ਫਿਰ ਤੋਂ 1 ਸਾਲ ਹੋ ਚੁੱਕਿਆ ਹੈ ਭਾਈ ਸੰਦੀਪ ਸਿੰਘ ਸਿੱਧੂ ਦੀਪ ਸਿੱਧੂ ਨੂੰ ਇਸ ਦੁਨੀਆ ਤੋਂ ਗਏ ਅਤੇ ਅੱਜ ਪਰਿਵਾਰ ਵੱਲੋਂ ਚੌਂਕੀਮਾਨ ਵਿਖੇ ਇੱਕ ਵੱਡਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਸ਼ਹੀਦ ਨੂੰ ਸਮਰਪਿਤ। ਉੱਥੇ ਹੀ ਵਾਰਿਸ ਪੰਜਾਬ ਦੇ ਜਿਸਦਾ ਜਥੇਬੰਦੀ ਦਾ ਗਠਨ ਭਾਈ ਦੀਪ ਸਿੱਧੂ ਵੱਲੋਂ ਕੀਤਾ ਗਿਆ ਸੀ, ਜਿਸ ਦੇ ਮੁੱਖ ਸੇਵਾਦਾਰ ਭਾਈ ਅਮਰਤਪਾਲ ਸਿੰਘ ਵੱਲੋਂ ਵੀ ਇੱਕ ਵੱਡਾ ਐਲਾਨ ਕੀਤਾ ਗਿਆ। 19 ਫਰਵਰੀ ਨੂੰ ਇੱਕ ਵੱਡਾ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਬੁੱਧ ਸਿੰਘ ਵਾਲਾ ਵਿਖੇ। ਸੋ ਤੋ ਕਿਹੜੇ ਕਿਹੜੇ ਸੱਜਣ ਪਹੁੰਚ ਰਹੇ ਨੇ ਜ਼ਰੂਰ ਕਮੈਂਟ ਕਰਕੇ ਦੱਸਣਾ। ਇਸ ਖਾਸ ਅਪਡੇਟ ਵਿੱਚ ਫਿਲਹਾਲ ਇੰਨਾ ਹੀ, ਮਿਲਾਂਗੇ ਜਲਦ ਕਿਸੇ ਹੋਰ ਤਾਜ਼ਾ ਖਬਰ ਦੇ ਨਾਲ। ਬਾਕੀ ਤੁਹਾਨੂੰ ਕੀ ਲੱਗਦਾ ਜੋ 15 ਫਰਵਰੀ 2022 ਨੂੰ ਹੋਇਆ ਸੀ ਉਹ ਕੀ ਸੀ, ਇੱਕ ਐਕਸੀਡੈਂਟ ਜਾਂ ਫਿਰ ਇੱਕ ਸਾਜਿਸ਼, ਜ਼ਰੂਰ ਕਮੈਂਟ ਕਰਕੇ ਦੱਸਣਾ। ਅਤੇ ਹੋਰ ਤਾਜ਼ਾ ਖਬਰਾਂ ਦੇ ਲਈ ਬਣੇ ਰਹਿਣਾ ਅਨਲਿਮਿਟਡ ਗਿਆਨ ਦੇ ਨਾਲ, ਅਤੇ ਅਨਲਿਮਿਟਡ ਗਿਆਨ ਮੀਡੀਆ ਫੇਸਬੁੱਕ ਪੇਜ ਜ਼ਰੂਰ ਲਾਈਕ ਫੋਲੋ ਕਰ ਲੈਣਾ। ਹੁਣ ਫਿਲਹਾਲ ਇੱਥੇ ਸਾਨੂੰ ਦਿਓ ਇਜਾਜ਼ਤ, ਮਿਲਾਂਗੇ ਜਲਦ, ਧੰਨਵਾਦ। ਵੀਰੇ ਤੁਸੀਂ ਨਾਲ ਰਹੇ ਹੋ ਦੀਪ ਸਿੱਧੂ ਦੇ, ਕਾਫੀ ਸਮਾਂ ਤੁਹਾਨੂੰ ਮੌਕਾ ਮਿਲਿਆ ਨਾਲ ਰਹਿਣ ਦਾ, ਕਿਵੇਂ ਆ ਹੁਣ ਯਾਦਾਂ ਯਾਦ ਆਉਂਦੀ ਆ ਦੀਪ ਜੀ? ਬਾਈ ਉਹ ਤਾਂ ਸਾਡੇ ਤੋਂ ਕਿਤੇ ਵੀ ਦੂਰ ਨਹੀਂ ਗਿਆ ਹੈਗਾ, ਉਹ ਸਾਡੇ ਕੋਲ ਹੈ। ਉਹ ਦੂਰ ਤਾਂ ਸਿਰਫ ਇਹਨਾਂ ਲੋਕਾਂ ਤੋਂ ਗਿਆ, ਉਹ ਸਾਨੂੰ ਸਮਝਾਉਂਦਾ ਹੁੰਦਾ ਸੀ ਅਕਸਰ, ਲੜੋ ਨਾ, ਇਕੱਠੇ ਰਹੋ, ਇੱਕ ਦੂਜੇ ਦੀਆਂ ਲੱਤਾਂ ਨਾ ਖਿੱਚੋ, ਬੰਦ ਕਮਰਿਆਂ ਦੇ ਵਿੱਚ ਬਿਠਾ ਬਿਠਾ ਮੀਟਿੰਗਾਂ ਕਰਵਾਈਆਂ,